बहुत धन्यवाद बाबा जी ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ ਦੇ ਵਿੱਚ। ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਸਾਨੇਵਾਲ ਪਿੰਡ ਕਨੇਚ ਗੁਰਦੁਆਰਾ ਮੰਜੀ ਸਾਹਿਬ ਦੇ ਪਿੰਡ ਰਾਮਪੁਰ। ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ ਅਤੇ ਇੱਥੋਂ ਦੇ ਮੁੱਖ ਸੇਵਾਦਾਰ ਨਾਲ ਵੀ ਗੱਲਬਾਤ ਕਰਦੇ ਹਾਂ। ਜਦੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਚ ਦਾ ਪੀਰ ਬਣ ਕੇ ਪਲੰਗ 'ਤੇ ਸਵਾਰ ਹੋ ਕੇ ਇਸ ਸਥਾਨ 'ਤੇ ਪਹੁੰਚੇ, ਉਹਨਾਂ ਦੇ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਗਨੀ ਖਾਂ ਅਤੇ ਨਬੀ ਖਾਂ ਜੀ ਉਹਨਾਂ ਦੇ ਨਾਲ ਸਨ। ਉਦੋਂ ਪਿੰਡ ਦਾ ਚੌਧਰੀ ਲੰਬੜਦਾਰ ਫੱਤਾ ਗੁਰੂ ਸਾਹਿਬ ਦੇ ਦਰਸ਼ਨ ਵਾਸਤੇ ਆਉਂਦਾ ਹੈ ਤਾਂ ਗੁਰੂ ਸਾਹਿਬਾਂ ਦੇ ਦਰਸ਼ਨ ਕਰਕੇ ਮੱਥਾ ਟੇਕਿਆ। ਗੁਰੂ ਸਾਹਿਬ ਨੇ ਕਿਹਾ, ਜਾ ਫੱਤਿਆ ਆਪਣੀ ਘੋੜੀ ਲੈ ਕੇ ਆ। ਉਦੋਂ ਬਹਾਨੇ ਮਾਰਨ ਲੱਗਾ ਕਿ ਘੋੜੀ ਸੂਣ ਵਾਲੀ ਹੈ, ਘੋੜੀ ਮੇਰਾ ਜਵਾਈ ਲੈ ਗਿਆ। ਗੁਰੂ ਸਾਹਿਬ ਨੇ ਕਿਹਾ, ਝੂਠ ਨਾ ਬੋਲ, ਜਾ ਘੋੜੀ ਲੈ ਕੇ ਆ। ਉਦੋਂ ਫੱਤਾ ਘਰ ਜਾਂਦਾ ਹੈ ਤਾਂ ਜਿਹੜੀ ਵਧੀਆ ਘੋੜੀ ਸੀ ਉਹ ਨਹੀਂ ਲੈ ਕੇ ਆਉਂਦਾ, ਜਿਹੜੀ ਛੋਟੀ ਜਿਹੀ ਇੱਕ ਨਿੱਕੀ ਜਿਹੀ ਘੋੜੀ ਸੀ ਉਹ ਗੁਰੂ ਸਾਹਿਬ ਵਾਸਤੇ ਲੈ ਆਇਆ। ਗੁਰੂ ਸਾਹਿਬ ਮਹਾਰਾਜ ਨੇ ਕਿਹਾ ਵੀ ਇਹ ਘੋੜੀ ਸਾਡੀ ਸਵਾਰੀ ਕਰਨ ਦੇ ਲਾਇਕ ਨਹੀਂ ਹੈ, ਜਾ ਦੂਜੀ ਘੋੜੀ ਲੈ ਕੇ ਆ। ਫੱਤਾ ਕਹਿੰਦਾ, ਦੂਜੀ ਘੋੜੀ ਮੇਰਾ ਜਵਾਈ ਲੈ ਗਿਆ। ਗੁਰੂ ਜੀ ਨੇ ਕਿਹਾ, ਜਾ ਫੱਤਿਆ, ਨਾ ਤੂੰ ਰਿਹਾ ਨਾ ਤੇਰੀ ਘੋੜੀ ਰਹੀ। ਜਦੋਂ ਫੱਤਾ ਘਰ ਜਾਂਦਾ ਹੈ ਤਾਂ ਦੇਖਦਾ ਹੈ ਜਿਹੜੀ ਵਧੀਆ ਘੋੜੀ ਸੀ ਉਹ ਉੱਥੇ ਮਰੀ ਪਈ ਸੀ। ਅਗਲੇ ਦਿਨ ਇਤਿਹਾਸ ਮੁਤਾਬਕ ਦੱਸਿਆ ਜਾਂਦਾ ਹੈ ਕਿ ਫੱਤੇ ਦੀ ਵੀ ਕਾਲੇ ਨਾਗ ਦੇ ਸੱਪ ਦੇ ਡੱਸਣ ਕਾਰਨ ਮੌਤ ਹੋ ਜਾਂਦੀ ਹੈ। ਫੱਤਾ ਗੁਰੂ ਤੋਂ ਬੇਮੁੱਖ ਹੋ ਕੇ ਚੱਲਿਆ ਗਿਆ। ਇੱਕ ਹੋਰ ਇਤਿਹਾਸ ਆਉਂਦਾ ਹੈ ਕਿ ਪਿੰਡ ਦੀਆਂ ਬੀਬੀਆਂ ਗੁਰੂ ਸਾਹਿਬ ਵਾਸਤੇ ਪ੍ਰਸ਼ਾਦਾ ਲੈ ਕੇ ਆਉਂਦੀਆਂ ਹਨ। ਗੁਰੂ ਸਾਹਿਬ ਪ੍ਰਸ਼ਾਦਾ ਛਕਣ ਲੱਗਦੇ ਹਨ ਅਤੇ ਪਿੰਡ ਦੀ ਇੱਕ ਬੀਬੀ ਬੋਲਦੀ ਹੈ ਵੀ ਸਾਨੂੰ ਪਤਾ ਲੱਗਿਆ ਹੈ ਵੀ ਤੁਹਾਡੇ ਬੱਚੇ ਸ਼ਹੀਦ ਕਰ ਦਿੱਤੇ ਗਏ ਹਨ। ਦੱਸਦੇ ਨੇ ਵੀ ਗੁਰੂ ਸਾਹਿਬ ਜੀ ਨੇ ਜਿਹੜਾ ਪ੍ਰਸ਼ਾਦੇ ਦਾ ਥਾਲ ਸੀ ਉਵੇਂ ਦਾ ਉਵੇਂ ਹੀ ਛੱਡ ਦਿੱਤਾ ਅਤੇ ਅੱਗੇ ਨੂੰ ਚੱਲ ਪਏ। ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਉੱਪਰਲੇ ਪਾਸੇ ਲੈ ਕੇ ਚੱਲਦੇ ਹਾਂ ਅਤੇ ਸੱਚਖੰਡ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ। ਰਹਿਮ ਤੇਰੀ ਸੁਖ ਪਾਇਆ, ਸੁਖ ਪਾਇਆ की अरदास, सदा नानक की अरदास, रहम तेरी सुख पाया, सुख पाया, रहम तेरी सुख पाया। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋ ਉੱਚ ਦਾ ਪੀਰ ਬਣ ਕੇ ਇਸ ਪਿੰਡ ਕਨੇਜ ਦੇ ਵਿੱਚ ਆਏ ਸਨ। ਸੋ ਵੱਧ ਤੋਂ ਵੱਧ ਸੰਗਤਾਂ ਇੱਥੇ ਆ ਕੇ ਦਰਸ਼ਨ ਕਰਦੀਆਂ ਹਨ, ਜੋ ਕਿ ਗੁਰਦੁਆਰਾ ਸਾਹਿਬ ਦਾ ਨਾਮ ਮੰਜੀ ਸਾਹਿਬ ਰੱਖਿਆ ਗਿਆ ਹੈ। ਸੋ ਸਵੱਤ ਸੰਗਤਾਂ ਇੱਥੇ ਆ ਕੇ ਮੱਥਾ ਟੇਕਦੀਆਂ ਹਨ। ਹਾਂਜੀ, ਸ਼ੁਭ ਨਾਮ ਕੀ ਬਾਬਾ ਜੀ ਤੁਹਾਡਾ? ਮਾਨ ਸਿੰਘ ਜੀ। ਬਾਬਾ ਮਾਨ ਸਿੰਘ ਜੀ, ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
मेहरबान साहेब मेहरबान मेहरबान साहेब मेहरबान साहेब मेरा मेहरबान जी सकल को देता जी सकल को देता जी सकल को ਸਾਨੇਵਾਲ ਤੋਂ ਗੁਰਦੁਆਰਾ ਸਾਹਿਬ ਲਗਭਗ 3 ਕਿਲੋਮੀਟਰ ਦੀ ਦੂਰੀ 'ਤੇ ਆ ਅਤੇ ਗੁਰਦੁਆਰਾ ਸਾਹਿਬ ਤੋਂ ਜਿਹੜਾ ਖੂਹ ਆ 100 ਮੀਟਰ ਦੀ ਦੂਰੀ 'ਤੇ ਆ ਹੁਣ ਆਪਾਂ ਤੁਹਾਨੂੰ ਜਿਹੜੇ ਖੂਹ ਦੇ ਦਰਸ਼ਨ ਕਰਾ ਰਹੇ ਹਾਂ ਇਹ ਇਤਿਹਾਸਿਕ ਖੂਹ ਹੈ ਜਦੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਾਣੀ ਮੰਗਿਆ ਤਾਂ ਇੱਕ ਸੇਵਾਦਾਰ ਖੂਹ 'ਤੇ ਪਾਣੀ ਲੈਣ ਆਇਆ ਜਦੋਂ ਉਸਨੇ ਖੂਹ ਦਾ ਪਾਣੀ ਪੀ ਕੇ ਵੇਖਿਆ ਤਾਂ ਪਾਣੀ ਖਾਰਾ ਹੈ ਆ ਕੇ ਆਖਣ ਲੱਗਾ ਗੁਰੂ ਜੀ ਪਾਣੀ ਤਾਂ ਖਾਰਾ ਹੈ ਗੁਰੂ ਸਾਹਿਬ ਨੇ ਕਿਹਾ ਇੱਕ ਵਾਰ ਫਿਰ ਜਾ ਪਾਣੀ ਤਾਂ ਮਿੱਠਾ ਹੈ ਸੇਵਕ ਦੁਬਾਰਾ ਖੂਹ ਤੋਂ ਪਾਣੀ ਲੈਣ ਗਿਆ ਤਾਂ ਉਸ ਨੇ ਜਲ ਛਕਿਆ ਤਾਂ ਗੁਰੂ ਸਾਹਿਬ ਦੇ ਕਿਰਪਾ ਸਦਕਾ ਜਲ ਮਿੱਠਾ ਹੋ ਗਿਆ ਤਾਂ ਅੱਜ ਇਸ ਖੂਹ ਦਾ ਜਲ ਮਿੱਠਾ ਹੈ ਖੂਹ ਦਾ ਪਾਣੀ ਜਿਹੜਾ ਹੈ ਉਹ ਸੁੱਕ ਚੁੱਕਾ ਹੈ ਅਤੇ ਖੂਹ ਦੇ ਵਿੱਚ ਬੋਰ ਕਰਕੇ ਮੋਟਰ ਲਗਾ ਦਿੱਤੀ ਗਈ ਹੈ ਅਤੇ ਖੂਹ ਨੂੰ ਆਲੇ ਦੁਆਲਿਓਂ ਛੱਤ ਦਿੱਤਾ ਗਿਆ ਹੈ ਛੱਤ ਦੇ ਉੱਪਰ ਨਿਸ਼ਾਨ ਸਾਹਿਬ ਵੀ ਲਗਾ ਦਿੱਤਾ ਗਿਆ ਸੰਗਤਾਂ ਖੂਹ ਦਾ ਮਿੱਠਾ ਜਲ ਛੱਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਬਾਕੀ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਮਿਲਦੇ ਹਾਂ ਆਉਣ ਵਾਲੇ ਨਵੇਂ ਵਲੌਗ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।